ਅਤੇ ਇੱਕ ਸਾਡਾ ਡੋਨੇਸ਼ਨ ਟੇਬਲ ਵੀ ਲੱਗਿਆ ਹੋਇਆ ਬਾਹਰ। ਮਤਲਬ ਅਸੀਂ 4 ਮਹੀਨੇ ਆਪਣਾ ਬਜਟ ਰੋਕ ਲਿਆ ਸੀ, ਪਰ ਓਵਰ ਬਜਟ ਹੋ ਗਿਆ। ਬੂਟੇ ਵੀ ਅਸੀਂ ਵਧੀਆ ਵੰਡੇ ਆ, ਸਮਾਗਮ ਹੋਇਆ ਹੋਰ। ਮਤਲਬ ਜੇ ਕਿਸੇ ਨੇ ਨਵੇਂ ਮੈਂਬਰ ਬਣਨਾ ਉਹ ਵੀ ਆਪਣਾ ਨਾਮ ਲਿਖਾ ਦੇਣ, ਬਾਹਰ ਮੈਂਬਰ ਬੈਠੇ ਆ। ਅਤੇ ਹੁਣ ਮੈਂ ਬੇਨਤੀ ਕਰੂੰਗਾ, ਸਾਡੇ ਪਹਿਲਾਂ ਜਿੰਨੇ ਚੀਫ਼ ਗੈ ਆਪਣੇ ਚੀਫ਼ ਗੈਸਟ ਸਾਹਿਬ ਨੇ ਸੰਤ ਸਿੰਚੇਵਾਲ ਜੀ, ਉਹ ਆਏ। ਹੁਣ ਕੈਪਟਨ ਕਰਨੈਲ ਸਿੰਘ ਔਰ ਇਹਨਾਂ ਨੇ ਆਰੀਆ ਸਾਹਿਬ ਡੀ ਸੀ ਮੰਜਣਾ, ਔਰ ਮੈਨੇ ਇਹਨਾਂ ਨੂੰ ਗੱਲਾਂ ਕਰਦੇ ਹੁੰਦੇ ਵੀ ਜਦ ਮੈਂ ਕਮਿਸ਼ਨ ਮੰਜਣਾ ਮੇਰੇ ਕੋਲ। ਸਰਦਾਰਾ ਸਿੰਘ ਜੌਹਲ ਜੀ, ਸਾਡੇ ਜਫਰ ਸਾਹਿਬ ਕਵੀ ਸਾਹਿਬ ਜਿਹਨਾਂ ਨੇ ਲੁਧਿਆਣੇ ਦਾ ਮਤਲਬ ਬੂਟਾ ਨਾਲਾ ਸਫਾਈ ਕਰਨ ਦਾ ਬਹੁਤ ਬੜਾ ਬੀੜਾ ਚੁੱਕਿਆ ਹੈ, ਔਰ ਐਕਸੀਅਰ ਵੀ ਨੇ, ਵਿਦਵਾਨ ਵੀ ਨੇ ਬਹੁਤ। ਹੋਰ ਵੀ ਜਦ ਆਪਾਂ ਮਾਛੀਵਾੜਾ ਬਦਲਣਾ ਹੈ, ਤੁਸੀਂ ਸਹਿਯੋਗ ਕਰੋ ਮੈਨੂੰ, ਇਹਨਾਂ ਦੀ ਬੜੀ ਭਾਵਨਾ ਵੀ ਮੈਂ ਮਾਛੀਵਾੜਾ ਲਈ ਤੋਂ ਕਰਕੇ ਜਾਣਾ। ਕਰਮਵੀਰ ਢਿੱਲੋਂ ਜੀ, ਜਗਜੀਵਨ ਅਤੇ ਹੁਣ ਸਾਡੀ ਸੰਸਥਾ ਦੇ ਜੀ ਮਤਲਬ ਬਹੁਤ ਜ਼ਿਆਦਾ ਕੰਮ ਕਰ ਚੁੱਕੇ ਨੇ, ਔਰ ਬਲੱਡ ਡੋਨੇਸ਼ਨ ਕੈਂਪ, ਆਈ ਡੋਨੇਸ਼ਨ ਕੈਂਪ ਇਹ ਸੰਸਥਾ ਨਾਲ ਚਲਾਇਆ ਹੋਇਆ, ਮਤਲਬ ਆਪਣੇ ਤੌਰ 'ਤੇ ਕੋਸ਼ਿਸ਼ ਕਰ ਰਹੇ। ਗੁਰਦੀਪ ਸਿੰਘ ਬਾਜਵਾ ਜੀ ਮਾਸਟਰ ਜੀ ਨੇ ਇਹਨਾਂ ਦੋਨਾਂ ਦਾ ਇਕੱਠਾ ਜੀ, ਜਲਦੀ ਜਲਦੀ ਆ ਜਾਓ, ਬਸ ਆਪਣਾ ਸਮਾਪਤੀ ਕਰ ਲਾ। ਪ੍ਰਦੀਪ ਕੁੰਦਰਾ ਜੀ, ਮਲਕੀਤ ਸਿੰਘ ਜੀ, ਗੁਰਵਿੰਦਰ ਸਿੰਘ, ਕੈਪਟਨ ਸਾਹਿਬ ਆਪਣੇ ਕੋਲ ਨਾ ਗੁਰਵਿੰਦਰ ਸਿੰਘ, ਇਹਨਾਂ ਨੇ 100-200 ਆਲਣਾ ਆਪ ਪਰਚੇਜ਼ ਕੀਤਾ ਪਿੰਡ ਦੇ ਵਿੱਚ, ਇਕੱਲੇ ਇਕੱਲੇ ਘਰ 'ਚ ਆਲਣੇ ਲਾਏ ਵੀ ਕਿੜੀਆਂ ਜਿਹੜੀਆਂ ਮੈਣਾਂ ਚੁੜੀਆਂ ਨੇ ਉਹ ਕਿੜੀਆਂ ਹੈ। ਮੋਨਿਕਾ ਮੈਡਮ ਜੀ ਅਤੇ ਮਹਿੰਦਰ ਕੌਰ ਜੀ, ਇਹ ਟੀਚਰ ਅਸੀਂ ਸਨਮਾਨਿਤ ਕੀਤੇ। ਇਹ ਵੀ ਹੈ ਵੀ 90% ਜਿਹੜੇ ਟੀਚਰ ਨੇ ਨਾ, ਬੜਾ ਵਧੀਆ ਸਟਾਫ ਹੈ, ਬੜਾ ਯੰਗ ਸਟਾਫ ਹੈ, ਔਰ ਮਤਲਬ ਬੜੀ ਵਧੀਆ ਐਜੂਕੇਸ਼ਨ ਦੇ ਰਹੇ ਆ। ਇਹ ਵੀ ਹੈ ਵੀ ਅਸੀਂ ਇੰਨੇ ਟੀਚਰ ਸਨਮਾਨਿਤ ਕਰਦੇ, ਹੋਰ ਵੀ ਟੀਮ ਮੈਂਬਰ ਆ, ਹੋਰ ਵੀ ਟੀਚਰ ਬਹੁਤ ਵਧੀਆ ਕੰਮ ਕਰਦੇ ਆ। ਬਾਬਾ ਸਵਰਨ ਸਿੰਘ ਜੀ, ਕਿਰਪਾਨ ਭੇਟ ਗੁਰਦੁਆਰਾ ਜੀ, ਮਹਿੰਦਰ ਕੌਰ ਮੈਡਮ, ਇਹ ਮੈਥ ਟੀਚਰ ਨੇ, ਓਵਰ ਟਾਈਮ ਲਾ ਕੇ ਠੀਕ ਹੈ ਜੀ। ਇੱਕ ਵਾਰ ਫਿਰ ਮੈਂ ਆਏ ਹੋਏ ਸਾਰੇ ਸੱਜਣ ਮਿੱਤਰਾਂ ਦਾ ਬੜਾ ਬੜਾ ਧੰਨਵਾਦ ਕਰਦਾ ਹਾਂ, ਬੜਾ ਸਹਿਯੋਗ ਤੁਸੀਂ ਦਿੱਤਾ ਹੈ, ਸਾਰਾ ਸਮਾਗਮ ਬੜਾ ਵਧੀਆ ਚੱਲਿਆ, ਬੜਾ ਧੰਨਵਾਦ।